ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਤੇ ਲੈ ਕੇ ਹਾਜ਼ਰ ਹੋਈਆਂ ਜੀ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਂਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਕੇਂਦਰ ਦੀ ਪੰਜਾਬ ਨੂੰ ਚੇਤਾਵਨੀ ਕੋਲਾ ਸਮੁੰਦਰੀ ਰਾਸ਼ਟਰੀ ਰਾਸਤੇ ਤੋਂ ਨਾ ਲਿਆਤਾ ਹੋ ਜਾਵੇਗੀ ਸਪਲਾਈ ਬੰਦ ਦਵਿਆ ਕਰਮਚਾਰੀਆਂ ਨੂੰ ਮਿਲੇਗਾ 1000 ਰੁਪਏ ਮਹੀਨਾ ਪੱਤਾ ਸੀਐਮ ਮਾਨ ਨੇ ਦਿੱਤੀ ਮਨਜ਼ੂਰੀ ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਅਜੇ ਜਿੰਦਾ ਹੈ ਅਤਵਾਦੀ ਦਿੰਦਾ ਮੌਤ ਦੀ ਖਬਰ ਦਾ ਕੀ ਸੀ ਮਕਸਦ ਖੁਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ ਲੁਧਿਆਣਾ ਆਪ ਨੇਤਾ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਫੜਿਆ ਗੁਰਦੁਆਰੇ ਵਿੱਚ ਰੱਖੇ ਬੈਂਚਾਂ ਨੂੰ ਅੱਗ ਲੱਗੀ ਅੱਗ ਲਾਈ ਕੇ ਸਰਦਾਰਜਾ ਯੋਗੀ ਦੀ ਬਦਮਾਸ਼ਾਂ ਨੂੰ ਚੇਤਾਵਨੀ ਹੁਣ ਈਆਂ ਪੈਸਾ ਨਸ਼ੇੜਿਆ ਤਾਂ ਸਿੱਧੇ ਐਨਕਾਊਂਟਰ ਖਰੀਦਣ ਤੋਂ ਪਹਿਲਾਂ ਕਰੋ ਪੂਰੀ ਤਿਆਰੀ ਤੇਜ਼ੀ ਨਾਲ ਵਧ ਰਿਹਾ ਹੈ ਸੋਨਾ ਜਾਣੋ ਕਿੱਥੇ ਸਭ ਤੋਂ ਸਸਤੀ ਦਰ ਹੈ ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਦੀ ਪੰਜਾਬ ਦੀ ਆਪ ਸਰਕਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਰਾਵਟ ਜਾਣੂ ਆਪਣੇ ਸੂਬੇ ਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਾਰੇ ਗੁਜਰਾਤ ਹਿਮਾਚਲ ਚੋਣਾਂ ਦਾ ਅਸਰ ਪੰਜਾਬ 'ਚ ਹੋ ਸਕਦਾ ਹੈ ਕੈਬਨਿਟ ਫੇਰ ਬਦਲ ਤਾਂ ਦੋਸਤੋ ਇਸ ਲਈ ਆਪਣੀਆਂ ਇਸ ਵੇਲੇ ਦੀਆਂ ਚੌਥੀਆਂ ਖਬਰਾਂ ਹੁਣ ਗੱਲਬਾਤ ਕਰਦੇ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕੇਂਦਰ ਦੀ ਪੰਜਾਬ ਨੂੰ ਚੇਤਾਵਨੀ ਕੋਲਾ ਸਬੰਧੀ ਰਾਸ਼ਟਰੀ ਰਾਸ਼ਤੇ ਤੋਂ ਨਾ ਲਿਆਤਾ ਹੋ ਜਾਵੇਗੀ ਸਪਲਾਈ ਬੰਦ ਆ ਕੇਂਦਰ ਸਰਕਾਰ ਨੇ ਪੰਜਾਬ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਤਾਪ ਬਿਜਲੀ ਘਰਾਂ ਲਈ ਕੋਲਾ ਉੜੀਸਾ ਤੋਂ ਸਮੁੰਦਰੀ ਰਸਤੇ ਰਾਹੀਂ ਲਿਆਉਣ ਦਾ ਫਰਮਾਨ ਜਾਰੀ ਕੀਤਾ ਹੈ ਕੇਂਦਰ ਇਹਨਾਂ ਨਿਰਦੇਸ਼ਾਂ ਨਾਲ ਕੋਲਾ ਲਿਆਉਣ ਵਿੱਚ ਪਹਿਲਾਂ ਨਾਲ ਕਾਫੀ ਜ਼ਿਆਦਾ ਸਮਾਂ ਲੱਗੇਗਾ ਤੇ ਨਾਲ ਹੀ ਆਵਾਜਾਈ ਖਰਚਾ ਵੀ ਵਧਣ ਦੇ ਆਸਾਰ ਨੇ ਇੰਨਾ ਹੀ ਨਹੀਂ ਕੇਂਦਰ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਸੂਬੇ ਨੇ ਸੰਬੰਧਿਤ ਰਸਤੇ ਤੋਂ ਕੋਲਾ ਨਾ ਲਿਆ ਤਾਂ ਪੰਜਾਬ ਨੂੰ ਕੋਲੇ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ ਦਾਦੇ ਇਹ ਕਿ 16 ਨਵੰਬਰ ਨੂੰ ਹੋਈ ਇੱਕ ਕੈਬਨਿਟ ਮੀਟਿੰਗ ਵਿੱਚ ਕੇਂਦਰੀ ਊਰਜਾ ਮੰਤਰਾਲੇ ਦੇ ਸਕੱਤਰ ਹੇਠ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਮੀਟਿੰਗ ਤੋਂ ਬਾਅਦ 3 ਨਵੰਬਰ ਨੂੰ ਕੇਂਦਰੀ ਊਰਜਾ ਮੰਤਰਾਲੇ ਨੇ ਸੰਯੁਕਤ ਸਕੱਤਰ ਨੇ ਪੰਜਾਬ ਨੂੰ ਪੱਤਰ ਲਿਖ ਕੇ ਸੂਬੇ ਨੂੰ ਨਵੇਂ ਫਰਮਾਨ ਸਬੰਧੀ ਜਾਣਕਾਰੀ ਦਿੱਤੀ ਕੇਂਦਰ ਵੱਲੋਂ ਜਾਰੀ ਕੀਤੇ ਗਏ ਫਰਮਾਨ ਮੁਤਾਬਕ ਕੋਲਾ ਅਪਾਰਾਦੀਪ بندرگاہ ਤੋਂ ਵਾਇਆ ਰੇਲ ਮਾਰਗ ਪਹੁੰਚੇਗਾ ਇੱਥੇ ਕੋਲਾ ਦਹੇਜ ਮੋਦਰਾ بندرگاہ ਤੇ ਵਾਇਆ ਸਮੁੰਦਰੀ ਮਾਰਗ ਵਿਖੇ ਪਹੁੰਚੇਗਾ ਇਸ ਤੋਂ ਬਾਅਦ ਦਹੇਜ ਮੋਦਰਾ بندرگاہ ਤੋਂ ਉਤਰੀ ਸੂਬਿਆਂ ਦੇ ਤਾਬੇ ਲਈ ਕਾਣਾ ਵਿੱਚ ਇਹ ਕੋਲਾ ਮੁੜਵਾਇਆ ਰੇਲ ਰਸਤੇ ਪਹੁੰਚੇਗਾ ਜਿਸ ਵਿੱਚ ਨਵੇਂ ਫਰਮਾਨ ਤੇ ਮਹਰਾਂ ਦਾ ਕਹਿਣਾ ਹੈ ਕਿ ਜੋ ਕੋਲਾ ਉੜੀਸਾ ਤੋਂ ਕਰੀਬ 4-5 ਦਿਨਾਂ ਚ ਥਰਮਲ ਪਲਾਟਾ ਤੇ ਪਹੁੰਚ ਜਾਂਦਾ ਸੀ ਉਸ ਨੂੰ ਹੁਣ ਕਰੀਬ 25 ਦਿਨਾਂ ਦਾ ਸਮਾਂ ਲੱਗੇਗਾ ਤੇ ਉਸ ਦੀ ਦੂਰੀ ਵੀ ਕਰੀਬ 6800 ਕਿਲੋਮੀਟਰ ਹੋਵੇਗੀ ਦਿਵਿਆਂਗ ਕਰਮਚਾਰੀਆਂ ਨੂੰ ਮਿਲੇਗਾ 1000 ਰੁਪਏ ਮਹੀਨਾ ਪੱਤਾ ਸੀਐਮ ਮਾਨ ਨੇ ਦਿੱਤੀ ਮਨਜ਼ੂਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿਵਿਆਂਗ ਕਰਮਚਾਰੀਆਂ ਲਈ ਦਿਵਿਆਂਗ ਪੱਤਾ ਮੁੜ ਬਹਾਲ ਕਰ ਦਿੱਤਾ ਇਸ ਫੈਸਲੇ ਨਾਲ 11000 ਦਿਵਿਆਂਗ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਪਿਛਲੇ ਹਫਤੇ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਸ ਸਬੰਧੀ ਲੈ ਫੈਸਲੇ ਦਾ ਐਲਾਨ ਕੀਤਾ ਸੀ ਜਿਸ ਨੂੰ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਪ੍ਰਵਾਨਗੀ ਵੀ ਮਿਲ ਗਈ ਸੀ ਇਹ ਫੈਸਲੇ 1 ਜਨਵਰੀ 2023 ਤੋਂ ਲਾਗੂ ਹੋਵੇਗਾ ਇਸ ਫੈਸਲੇ ਤਹਿਤ ਦਿਵਿਆਂਗ ਕਰਮਚਾਰੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿਵਿਆਂਗ ਪੱਤਾ ਮਿਲੇਗਾ ਜਿਕਰਯੋਗ ਹੈ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੇ ਸ਼ਿਵੀ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਦਾ ਇਸ ਪੱਤੇ ਤੇ ਰੋਕ ਲਗਾ ਦਿੱਤੀ ਸੀ ਜਿਸ ਬੰਦੀ ਵੱਖ-ਵੱਖ ਤਨਖਾਹਾਂ ਵਾਲੇ ਮੁਲਾਜ਼ਮਾਂ ਵੱਲੋਂ ਵਾਰ-ਵਾਰ ਮੰਗਾਂ ਉਠਾਈਆਂ ਜਾ ਰਹੀਆਂ ਨੇ ਇਸ ਦੌਰਾਨ ਸਮਾਜਿਕ ਸੁਰੱਖਿਆ ਔਸਤਰੀ ਅਤੇ ਬਾਲ ਵਿਕਾਸ ਵਿਭਾਗ ਨੇ ਵੀ ਫੈਸਲਾ ਕੀਤਾ ਕਿ ਹੁਣ 40% ਦੇ ਦਿਵਿਆਂਗ ਸਰਕਾਰੀ ਕਰਮਚਾਰੀ ਆਪਣੇ ਗ੍ਰਹਿ ਖੇਤਰ ਵਿੱਚ ਟਰਾਂਸਫਰ ਕਰਵਾ ਸਕਣਗੇ ਮੁੱਖ ਮੰਤਰੀ ਵੱਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਪੰਜਾਬ ਵਿੱਚ ਕਾਰੋਬਾਰ ਲਈ ਸਹੂਲਤਾਂ ਦੇ ਸਹੂਲਤਾਂ ਦੇ ਕੇ ਨਿਵੇਸ਼ ਪੱਕੀ ਮਾਹੌਲ ਸਿਰਜ ਕੇ ਸੂਬੇ ਨੂੰ ਵੱਡੇ ਉਦਯੋਗਿਕ ਅਤੇ ਬਰਾਮਦ ਹੱਬ ਵਿੱਚ ਤਬਦੀਲ ਕਰਨ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਹਰਉਂਦਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਿਵੇਸ਼ਕਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਸਿਸਟਮ ਨੂੰ ਹੋਰ ਹੋਰ ਮਜ਼ਬੂਤ ਕਰ ਰਹੀ ਹੈ ਇੱਥੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੀ ਉਤਰੀ ਖੇਤਰ ਕੌਂਸਲ ਦੀ ਪਾਣਵੀ ਮੀਟਿੰਗ 'ਤੇ ਡੈਲੀਗੇਟਾਂ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਿੰਗਲ ਵਿੰਡੋ ਸੇਵਾ ਮਹਿਜ ਇੱਕ ਛਲਾਵਾ ਸੀ ਜੋ ਕਿਸੇ ਸਾਧਕ ਉਦੇਸ਼ ਤੋਂ ਸਖਰੀ ਸੀ ਜਿਸ ਨੇ ਨਾ ਸਿਰਫ ਸੰਭਾਵੀ ਨਿਵੇਸ਼ਕਾਂ ਨੂੰ ਨਾਰਾਜ਼ ਕੀਤਾ ਸਗੋ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਵੀ ਵੱਡੀ ਰਿਕਵਰੀ ਖੜੀ ਕੀਤੀ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਨਿਵੇਸ਼ਕਾਂ ਨੂੰ ਇਸ ਵਿੰਡੋ ਤੇ ਸਾਦੀਆਂ ਸਹੂਲਤਾਂ ਸਚਾਰੂ ਢੰਗ ਨਾਲ ਅਤੇ ਕਿਸੇ ਵੀ ਤਰ੍ਹਾਂ ਦੇ ਪ੍ਰੇਸ਼ਟਾਚਾਰ ਤੋਂ ਬਿਨਾ ਮਿਲ ਸਕਣ ਭਗਵਾਨਤਮਾਨ ਨੇ ਉਦਯੋਗਪਤੀਆਂ ਨੂੰ ਸੁਭੇ ਵਿਚ ਨਿਵੇਸ਼ ਕਰਨ ਅਤੇ ਉਦਯੋਗਿਕ ਵਿਕਾਸ ਤੇ ਖੁਸ਼ਹਾਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ ਅਜੇ ਜਿੰਦਾ ਹੈ ਅੱਤਵਾਦੀ ਰਿੰਦਾ ਮੌਤ ਦੀ ਖਬਰ ਦਾ ਕੀ ਸੀ ਮਕਸਦ ਖੂਫੀਆ ਦਸਤਾਵੇਜ਼ਾਂ ਤੋਂ ਹੋਇਆ ਖੁਲਾਸਾ ਮੋਸਟ ਵਾਂਟਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਮਰਿਆ ਨਹੀਂ ਹੈ ਸਗੋਂ ਉਹ ਜਿੰਦਾ ਹੈ ਅਤੇ ਅਜੇ ਵੀ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਖਿਲਾਫ ਅੱਤਵਾਦੀ ਸਾਜ਼ਿਸ਼ ਰਚ ਰਿਹਾ ਹੈ ਖੂਫੀਆ ਦਸਤਾਵੇਜ਼ਾਂ ਤੋਂ ਪਤਾ ਲੱਗੇ ਕਿ ਰਿੰਦਾ ਅਜੇ ਵੀ ਜਿੰਦਾ ਹੈ ਰਿੰਦਾ ਨੇ ਆਪਣੀ ਮੌਤ ਦੀ ਖਬਰ ਜਾਣਬੁੱਝ ਕੇ ਫਲਾਈ ਸੀ ਤਾਂ ਜੋ ਭਾਰਤੀ ਏਜੰਸੀਆਂ ਦਾ ਤਿਆਰ ਉਸ ਤੋਂ ਹਟ ਸਕੇ ਲੁਧਿਆਣਾ ਆਪ ਨੇਤਾ ਨੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਫੜਿਆ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਇੱਕ ਸਟਿੰਗ ਆਪਰੇਸ਼ਨ ਤੋਂ ਬਾਅਦ ਰਜਿਸਟਰੀ ਬਦਲਣ ਰਿਕਾਰਡ ਵਿੱਚ ਖਰੀਦਦਾਰ ਦਾ ਨਾਮ ਚੜਾਉਣ ਲਈ ਪਾਰਟੀ ਨੇਤਾ ਤੋਂ 5000 ਰੁਪਏ ਰਿਸ਼ਵਤ ਲੈਂਦੇ ਹੋਏ ਇੱਕ ਪਟਵਾਰੀ ਨੂੰ ਫੜਿਆ ਆਪ ਆਗੂਆਂ ਦੀ ਸ਼ਿਕਾਇਤ ਤੇ ਵਿਜੀਲੈਂਸ ਬਿਊਰੋ ਨੇ ਮਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਪਟਵਾਰੀ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਮਲਜ਼ਮ ਦੀ ਪਛਾਣ ਮੋਹਨ ਸਿੰਘ ਪਟਵਾਰੀ ਵਜੋਂ ਹੋਈ ਹੈ ਗੁਰਦੁਆਰੇ ਵਿੱਚ ਰੱਖੇ ਬੈਂਚਾਂ ਨੂੰ ਅੱਗ ਲਾਈ ਕੇਸ ਦਰਜਾ ਪਿੰਡ ਭਾਂਬਰੀ ਦੇ ਗੁਰਦੁਆਰਾ ਕੰਗਿਤਾਚ ਸੰਗਤ ਲਈ ਰੱਖੇ ਬੈਂਚਾਂ ਨੂੰ ਇੱਕ ਵਿਅਕਤੀ ਵੱਲੋਂ ਬਾਹਰ ਕੱਢ ਕੇ ਅੱਗ ਲਾਉਣ ਕਰਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਦਾਕਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ ਇਸ ਸਬੰਧੀ ਉਹਨਾਂ ਦੱਸਿਆ ਕਿ ਪਿੰਡ ਦੇ ਵਿਅਕਤੀਆਂ ਲਈ ਗੁਰਦੁਆਰੇ ਵਿੱਚ ਬੈਂਚਾਂ ਦੀ ਸੇਵਾ ਕੀਤੀ ਗਈ ਸੀ ਤੇ ਬੀਤੀ 6 ਦਸੰਬਰ ਨੂੰ ਸ਼ਾਮ ਨੂੰ ਜਦੋਂ ਗ੍ਰਾਂਤੀ ਸਿੰਘ ਰੈ ਰਾਜਪਾਲ ਸਾਹਿਬ ਦਾ ਪਾਠ ਕਰ ਰਿਹਾ ਸੀ ਤਾਂ ਪਿੰਡ ਦੇ ਹੀ ਵਸਨੇਕ ਕਥਿਤ ਵਿਅਕਤੀ ਲਖਵਿੰਦਰ ਸਿੰਘ ਨੇ ਚਾਰ ਬੈਂਚਾਂ ਨੂੰ ਗੁਰਦੁਆਰੇ ਤੋਂ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਪੁਲਿਸ ਨੇ ਲਖਵਿੰਦਰ ਸਿੰਘ ਵਾਸੀ ਪਿੰਡ ਭਾਵਰੀ ਵਿਰੁੱਧ ਕੇਸ ਦਰਜ ਕਰ ਲਿਆ ਹੈ योगी ਦੀ ਬਦਮਾਸ਼ਾਂ ਨੂੰ ਚੇਤਾਵਨੀ ਹੁਣ ਧੀਆਂ ਭੈਣਾਂ ਨੂੰ ਛੇੜਿਆ ਤਾਂ ਸਿੱਧੇ ਐਨਕਾਊਂਟਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਾਰਪੂਰ ਨਗਰ ਵਾਸੀਆਂ ਨੂੰ 388 ਕਰੋੜ ਦੇ 272 ਵਿਕਾਸ ਪ੍ਰੋਜੈਕਟਾਂ ਦੀ ਸਵਾਗਤ ਦਿੱਤੀ ਇਸ ਦੌਰਾਨ ਸੀਐਮ ਯੋਗੀ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੁੰਡ ਚਕਾਈ ਕੀਤੇ ਇਸ ਦੌਰਾਨ ਉਹਨਾਂ ਗਿਆਨ ਸੰਮੇਲਨ ਨੂੰ ਸੰਬੋਧਨ ਕੀਤਾ ਸੀਐਮ ਨੇ ਵਿਰੋਧੀ ਧਿਰਤੇ ਨਿਸ਼ਾਨਾ ਵੰਨੇ ਉਹਨਾਂ ਕਿਹਾ ਕਿ 2017 ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਕਾਰਪੂਰ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਕਿਹਾ ਕਿ ਦੇਸ਼ ਵਿੱਚ ਦੋ ਡਿਫੈਂਸ ਕੋਰੀਡੋਰ ਬਣ ਰਹੇ ਨੇ ਜਿਸ ਵਿੱਚੋਂ ਇੱਕ ਕਾਰਪੂਰ ਵਿੱਚ ਬਣ ਰਿਹਾ ਤੇ ਇਸ ਦੌਰਾਨ ਯੋਗੀ ਨੇ ਬਦਮਾਸ਼ਾਂ ਨੂੰ ਚੇਤਾਵਨੀ ਦਿੱਤੀ ਕਿ ਧੀਆਂ ਭੈਣਾਂ ਨੂੰ ਛੇੜਿਆ ਤਾਂ ਚੌਰਾਹੇ ਦੇ ਵਿਚਾਲੇ ਠੋਕ ਦੇਵਾਂਗੇ ਉਹਨਾਂ ਕਿਹਾ ਕਿ ਕਾਨਪੁਰ ਅਲੀਗੜ੍ਹ ਆਗਰਾ ਲਖਨਊ ਛਾਂਸੀ ਤੇ ਚਿੱਤਰਕੁਟ ਵਰਗੇ ਖੇਤਰਾਂ ਵਿੱਚ ਡਿਫੈਂਸ ਕੋਰੀਡੋਰ ਨਾਲ ਸੰਬੰਧਿਤ ਨੋਡ ਐ ਨੂੰ ਲੈਂਡ ਬੈਂਕ ਅਤੇ ਵਿਕਾਸ ਦੇ ਨਾਲ ਜੋੜਦੇ ਹੋਏ ਭਾਰਤ ਦੇ ਰੱਖਿਆ ਦੇ ਖੇਤਰ ਵਿੱਚ ਆਤਮ ਨਿਰਪਰਵ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਕੇਂਦਰ ਬਿੰਦੂ ਇੱਕ ਵਾਰ ਫਿਰ ਤੋਂ ਕਾਨਪੁਰ ਬਣੇਗਾ ਇਸ ਲਈ ਸਰਕਾਰ ਪੂਰੇ ਤਰ ਬਚਨਬਾਦਤਾ ਨਾਲ ਕੰਮ ਕਰ ਰਹੀ ਹੈ ਉੱਤਰ ਪ੍ਰਦੇਸ਼ ਸਰਕਾਰ ਦੇ ਸਪਲੀਮੈਂਟਰੀ ਬਜਟ ਵਿੱਚ ਕਾਲਪੁਰ ਅਤੇ ਚਾਂਸੀ ਦੇ ਦਰਮਿਆਨ ਲੈਂਡ ਬੈਕ ਬਣਾਉਣ ਲਈ ਅਸੀਂ 8000 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਖਰੀਦਣ ਤੋਂ ਪਹਿਲਾਂ ਕਰੋ ਪੂਰੀ ਤਿਆਰੀ ਤੇਜ਼ੀ ਨਾਲ ਵਧ ਰਿਹਾ ਹੈ ਸੋਨਾ ਜਾਣੋ ਸਭ ਤੋਂ ਸਸਤੀ ਦਰ ਹੈ ਕਿੱਥੇ ਸੋਨੇ ਤੇ ਚਾਂਦੀ ਦੀ ਕੀਮਤ ਅੱਜ MCX ਦੇ ਕੀਮਤੀ ਧਾਤਾਂ ਦੀ ਕੀਮਤ ਵਿੱਚ ਅੱਜ ਰਿਕਾਰਡ ਤੋੜ ਵਾਧਾ ਹੋਇਆ ਹੈ ਸੋਨੇ ਤੇ ਚਾਂਦੀ ਦੋਵਾਂ 'ਚ ਜ਼ਬਰਦਸਤ ਵਾਧਾ ਹੋਇਆ MCX ਤੇ ਸੋਨਾ 54187 ਰੁਪਏ ਪ੍ਰਤੀ 10 ਗ੍ਰਾਮ ਤੇ ਵਿਕ ਰਿਹਾ ਹੈ ਤੇ ਚਾਂਦੀ ਦੀ ਕੀਮਤ 67366 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਕੱਲ੍ਹ ਭਾਰਤੀ ਬਾਜ਼ਾਰਾਂ ਵਿੱਚ ਮਿਲੇ ਜੁਲੇ ਰਿਜ਼ਾਨਾ ਤੋਂ ਬਾਅਦ ਸ਼ੁੱਕਰਵਾਰ 9 ਦਸੰਬਰ ਨੂੰ ਮਲਟੀ ਕਮੋਡਿਟੀ ਐਕਸਚੇਂਜ ਤੇ ਸੋਨਾ ਤੇ ਚਾਂਦੀ ਦੋਵੇਂ ਉੱਚੇ ਕਾਰੋਬਾਰ ਕਰ ਰਹੇ ਨੇ MCX ਤੇ 3 ਫਰਵਰੀ 2022 ਨੂੰ ਪਰਿਪੱਕ ਹੋਣ ਵਾਲੇ ਸੋਨੇ ਦੇ ਫਿਊਚਰ 178 ਰੁਪਏ ਜਾਂ 0.33 ਫੀਸਦੀ ਦੇ ਵਾਧੇ ਨਾਲ 54187 ਰੁਪਏ ਅਤੇ 10 ਗ੍ਰਾਮ ਤੇ ਪਹੁੰਚ ਗਏ ਤੇ ਇਸ ਦੌਰਾਨ 3 ਮਾਰਚ 2022 ਲਈ ਚਾਂਦੀ ਦਾ ਵਾਜਦਾ MCX ਤੇ 498 ਰੁਪਏ ਦਾ 0.74% ਵਧ ਕੇ 67366 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ ਚ ਘੇਰੀ ਪੰਜਾਬ ਦੀ ਆਪ ਸਰਕਾਰ ਹਿਮਾਚਲ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਪੱਪਾ ਭਾਰ ਹਸ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿਮਾਚਲ ਵਿੱਚ ਕਾਂਗਰਸ ਦੀ ਸੱਤਾ ਆਉਣ ਤੇ ਹਿਮਾਚਲ ਵਾਸੀਆਂ ਦਾ ਧੰਨਵਾਦ ਕੀਤਾ ਉਹ ਤਹੀ ਪੰਜਾਬ ਦੀ ਆਪ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਘੇਰਦੇ ਹੋਏ ਨਜ਼ਰ ਆਈ ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਅੱਜ ਹੋਇਆ ਉਹ ਕਿਸੇ ਸਰਕਾਰ ਵਿੱਚ ਨਹੀਂ ਹੋਇਆ ਕਿ ਜਲੰਧਰ ਵਿੱਚ ਇੰਨੇ ਘਰ ਢਾਅ ਦਿੱਤੇ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਕੋਈ ਘਰ ਨਹੀਂ ਢਾਇਆ ਗਿਆ ਤੇ ਜੇਕਰ ਤੁਸੀਂ ਕਿਸੇ ਨੂੰ ਘਰ ਨਹੀਂ ਦੇ ਸਕਦੇ ਤਾਂ ਉਸ ਨੂੰ ਢਾਉਣਾ ਵੀ ਨਹੀਂ ਚਾਹੀਦਾ ਇੱਕ ਐਕਟ ਬਣਾਇਆ ਸੀ ਕਿ ਬੇਸ਼ੱਕ ਉਹ ਨਗਰ ਸੁਧਾਰ ਟਰਸਟ ਦੀ ਜਗ੍ਹਾ ਨੂੰ ਨਹੀਂ ਢਾਹੇਗਾ ਸਗੋਂ ਸਰਕਾਰੀ ਕੀਮਤ ਤੇ ਜ਼ਮੀਨ ਦੇ ਦੇਵੇਗਾ ਜੋ ਪੰਜਾਬੀ ਨਹੀਂ ਕਰ ਸਕੇ ਹਿਮਾਚਲੀਆਂ ਨੇ ਕੀਤਾ ਹਿਮਾਚਲ ਵਾਸੀਆਂ ਦਾ ਧੰਨਵਾਦ ਰਾਜਾ ਬਰਿੰਗ ਨੇ ਕਿਹਾ ਕਿ ਸੂਭਾ ਪ੍ਰਧਾਨ ਹੋਣ ਦੇ ਨਾਤੇ ਜੇਕਰ ਮੈਂ ਇਹ ਕਹਾਂ ਕਿ ਸਾਡਾ ਗਵਾਂਢੀ ਸੂਭਾ ਹਿਮਾਚਲ ਹੈ ਤਾਂ ਜਿਸ ਤਰ੍ਹਾਂ ਅਸੀਂ ਜਿੱਤੇ ਹਾਂ ਕਾਂਗਰਸ ਦਾ ਝੰਡਾ ਬੁਲੰਦ ਕਰਕੇ ਭਰੋਸਾ ਪ੍ਰਗਟਾਇਆ ਹੈ ਇਹ ਹੁਣ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜਾ ਜੋ ਕਾਂਗਰਸ ਦਾ ਸਫਾਇਆ ਕਰਨਾ ਚਾਹਦੇ ਸਨ ਆਪ ਵੱਲ ਇਸ਼ਾਰਾ ਕਰਦੇ ਉਹਨਾਂ ਕਿਹਾ ਕਿ ਪਹਿਲਾਂ ਹੀ ਟਵੀਟ ਕੀਤਾ ਸੀ ਕਿ ਉਹ ਗੁਜਰਾਤ ਤੇ ਹਿਮਾਚਲ ਵਿੱਚ ਸਰਕਾਰ ਬਣਾਉਣ ਜਾ ਰਹੇ ਨੇ ਜੋ ਪੰਜਾਬੀ ਨਹੀਂ ਕਰ ਸਕੇ ਹਿਮਾਚਲੀ ਕਰ ਗਏ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਣੂ ਆਪਣੇ ਸੂਬੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਾਰੇ ਕਮਾਂਤਰੀ ਬਜਾਜ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾ ਚੜਾਅ ਹੋ ਰਿਹਾ ਅੱਜ ਬ੍ਰੈਂਟ ਕਰੂਡ ਆਇਲ ਦੀ ਕੀਮਤ 0.05 ਫੀਸਦੀ ਦੇ ਗਿਰਾਵਟ ਤੋਂ ਬਾਅਦ 76.10 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ ਇਸ ਦੇ ਨਾਲ ਹੀ ਡਬਲਯੂਟੀਆਈ ਕੱਚੇ ਤੇਲ ਦੀ ਕੀਮਤ ਵਿੱਚ ਵੀ ਗਿਰਾਵਰ ਦਾਜ ਕੀਤੀ ਗਈ ਹੈ ਤੇ 71.2 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਈ ਹੈ। ਭਾਅ ਅੱਜ 10 ਦਸੰਬਰ 2022 ਦਿਨ ਸ਼ਨੀਵਾਰ ਨੂੰ ਦੇਸ਼ ਦੇ ਮਹਾਨਗਰਾਂ ਚ ਪੈਟਰੋਲ ਦੀਆਂ ਕੀਮਤਾਂ ਚ ਕੋਈ ਬਦਲਾਅ ਨਹੀਂ ਹੋਇਆ ਹੈ। ਆਪਣੀ ਪੁਰਾਣੇ ਕੀਮਤ ਤੇ ਕਾਇਮ ਹਨ ਪਰ ਕੁਝ ਸ਼ਹਿਰਾਂ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਕੁਝ ਬਦਲਾਅ ਕੀਤੇ ਗਏ ਨੇ ਤਾਂ ਆਓ ਤੁਹਾਨੂੰ ਦੱਸਦੇ ਇਹਨਾਂ ਸ਼ਹਿਰਾਂ ਦੀਆਂ ਨਵੀਆਂ ਦਰਾਂ ਬਾਰੇ। ਨਵਾਈਡਾ ਚ ਪੈਟਰੋਲ ਹੈਗਾ ਜੀ 97 ਰੁਪਏ ਤੇ ਡੀਜ਼ਲ ਹੈਗਾ 90 ਪੈਸੇ 90 ਰੁਪਏ 14 ਪੈਸੇ ਪਟਨਾ ਚ ਪੈਟਰੋਲ 107 ਰੁਪਏ ਤੇ ਡੀਜ਼ਲ 94 ਰੁਪਏ ਗਾਜ਼ੀਆਬਾਦ ਚ ਪੈਟਰੋਲ 96 ਰੁਪਏ ਤੇ ਡੀਜ਼ਲ 99 ਰੁਪਏ ਹੈ ਲਖਨਊ ਚ ਪੈਟਰੋਲ 96 ਰੁਪਏ 44 ਪੈਸੇ ਤੇ ਡੀਜ਼ਲ 99 ਰੁਪਏ 64 ਪੈਸੇ ਪ੍ਰਤੀ ਲੀਟਰ ਹੈ ਗੁਜਰਾਤ ਹਿਮਾਚਲ ਚੋਣਾਂ ਦਾ ਅਸਰ ਪੰਜਾਬ 'ਚ ਹੋ ਸਕਦਾ ਹੈ ਕੈਬਨਿਟ ਫੇਰ ਬਦਲ ਲਾਸਟ ਖਬਰਾਂ ਜੀ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜੇ ਆ ਗਏ ਨੇ ਇਹਨਾਂ ਦੋਵਾਂ ਰਾਜਾਂ ਦੇ ਵਿੱਚ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਮੈਦਾਨ ਵਿੱਚ ਉਤਰੇ ਸੀ ਹਿਮਾਚਲ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ ਅਤੇ ਜ਼ਿਆਦਾਤਰ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋ ਗਈ ਦੂਜੇ ਪਾਸੇ ਗੁਜਰਾਤ ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਭਾਵੇਂ 5 ਸੀਟਾਂ ਜਿੱਤ ਕੇ ਕੌਮੀ ਪਾਰਟੀ ਬਣੰਦਾ ਸਫਤ ਹੈ ਕਰ ਲਿਆ ਹੋਵੇ ਪਰ ਦਾਵਿਆਂ ਸਰਚ ਚੋਣਾਂ ਵਿੱਚ ਪਾਰਟੀ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ 125 ਤੋਂ ਵੱਧ ਉਮੀਦਵਾਰਾਂ ਦੀ ਇੱਥੇ ਵੀ ਜ਼ਮਾਨਤ ਜਬਤ ਹੋਈ ਹੈ ਅਜਿਹੇ ਚ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹ ਇਨ੍ਹਾਂ ਚੋਣ ਤੀਜਿਆਂ ਦਾ ਅਸਰ ਆਉਣ ਵਾਲੇ ਦਿਨਾਂ ਚ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਇੱਕ ਪਾਸੇ ਪੰਜਾਬ ਚ ਆਵਾਜ਼ੀ ਪਾਰਟੀ ਮੰਤਰੀ ਮੰਡਲ ਵਿੱਚ ਫੇਰ ਬਦਲ ਕਰ ਸਕਦੀ ਹੈ ਇਸ ਦੇ ਨਾਲ ਹੀ ਸੰਗਠਨਾਤਮਕ ਤੌਰ ਤੇ ਕਦਮ ਵੀ ਚੁੱਕ ਸਕਦੀ ਹੈ ਇਸ ਤਹਿਤ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਫੇਰ ਬਦਲ ਦੀਆਂ ਸੰਭਾਵਨਾਵਾਂ ਨੇ ਤਾ ਦੋਸਤੋ ਇਸੇ ਗਿਆਂ ਆਪਣੀਆਂ ਦੁਪਹਿਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਤੋਂ ਉਸ ਤੋਂ ਜੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਐਨ ਆਈ ਧੰਨਵਾਦ ਸਤਿ ਸ਼੍ਰੀ ਅਕਾਲ